ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਗਬਾਣੀ ਟੀਵੀ ਮੈਂ ਦੰਦਰ ਸਿੰਘ ਕਿਰਮ ਕਦੇ-ਕਦੇ ਦਿਮਾਗ ਦੇ ਵਿੱਚ ਗੱਲਾਂ ਤੁਹਾਡੇ ਵੀ ਆਉਂਦੀਆਂ ਹੁੰਆਂ ਆ ਵੀ ਤੁਹਾਡੇ ਸਟਾਰ ਕਦੋਂ ਬਦਲਨੇ ਆ ਕਦੋਂ ਤੁਹਾਡੇ ਅ ਕਰਮਾਂ ਦੇ ਵਿੱਚ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਯੋਗ ਆਉਣਾ ਵੀ ਤੁਸੀਂ ਰਾਜ ਕਰਨਾ ਹਰ ਕੋਈ ਚਾਹੁੰਦਾ ਨਾ ਅ ਕਈ ਵਾਰੀ ਤੁਸੀਂ ਸੜਕ ਤੇ ਜਾਓ ਜਾਂ ਕਿਸੇ ਅਸੀ ਜਗ੍ਹਾ ਤੇ ਜਾਓ ਤੁਹਾਨੂੰ ਕੋਈ ਮਿਲਦਾ ਤੁਹਾਡੇ ਹੱਥ ਦੇਖ ਕੇ ਬਹੁਤ ਕੁਝ ਦੱਸ ਦਿੰਦਾ ਤੁਹਾਨੂੰ ਲੱਗਦਾ ਨਾਰਮਲੀਆਂ ਚੀਜ਼ਾਂ ਐਸਟ੍ਰੋਲੋਜੀ ਨਿਊਮਰੋਲੋਜੀ ਜਾਂ ਵਾਸਤੂ ਸਾਇੰਸ ਜਿਹੜੀ ਆ ਜ ਜਨੂੰ ਅਸੀਂ ਕਹਿੰਦੇ ਕਿ ਬਾਹਰਲੇ ਮੁਲਕ ਜਿਹੜੇ ਨੇ ਇਹਦਾ ਬਹੁਤ ਫਾਇਦਾ ਚੱਕ ਰਹੇ ਨੇ ਪਰ ਇੰਡੀਆ ਦੇ ਵਿੱਚ ਤਾਂ ਜੇ ਵੀ ਲੋਕ ਪਤਾ ਨਹੀਂ ਫਾਇਦਾ ਚੱਕ ਰਹੇ ਨੇ ਜਾਂ ਉਹਨਾਂ ਦਾ ਫਾਇਦਾ ਚੱਕਿਆ ਜਾ ਰਿਹਾ। ਫਿਲਹਾਲ ਮੇਰੇ ਨਾਲ ਪੰਡਿਤ ਵਿਕਰਮ ਸ਼ਰਮਾ ਸ਼ਾਸਤਰੀ ਜੀ ਨੇ ਜਿਨ੍ਹਾਂ ਤੋਂ ਥੋੜੀ ਜੀ ਜਾਣਕਾਰੀ ਮਨ ਲੱਗਦਾ ਲਵਾਂਗੇ ਕਿਉਂਕਿ ਉਹ ਇੰਟਰਨੈਸ਼ਨਲ ਗੋਡ ਮੈਡਲਿਸਟ ਨੇ ਇਹ ਐਸਟ੍ਰੋਲੋਜੀ ਦੇ ਵਿੱਚ ਕਿ ਕੀ ਹੁੰਦਾ ਜੇ ਤੁਹਾਡਾ ਜਿਹੜਾ ਬਦਲਣਾ ਆਇਆ ਜਾਂ ਫਿਰ ਤੁਹਾਡੇ ਤੇ ਰਾਜ ਭਾਗ ਆ ਤੇ ਕਦੋਂ ਆਣਾ ਸਸਟੇ ਕਾਲ। ਨਮਸਕਾਰ ਜੀ ਜਮਾਤ ਜੀ ਮੈਂ ਪੰਡਿਤ ਵਿਕਰਮ ਸ਼ਰਮਾ ਸ਼ਾਸਤਰੀ ਜੀ ਅੱਛਾ ਮੈਂ ਆਪਣੀ ਉਹ ਚੀ ਗੇ ਰਿਹਾ ਸੀ ਇੰਟਰੋਡਕਸ਼ਨ ਚ ਵੀ ਕਿਦਾਂ ਰਾਜ ਭਾਗ ਬਦਲਣਾ ਬਹੁਤ ਹੀ ਤੇ ਲੁੱਟੇ ਜਾਂਦੇ ਆ ਵੀ ਜਦੋਂ ਜਾਂਦੇ ਮੈਨੂੰ ਲੱਗਦਾ ਵੀ ਉਹ ਕਹਿੰਦੇ ਵੀ ਸਾਨੂੰ ਇੰਨੇ ਪੈਸੇ ਲੈ ਲੇ ਉਹਨੇ ਪੈਸੇ ਲੈ ਲੇ ਐਸਟ੍ਰੋਲੋਜੀ ਹੈ ਕੀ ਬੱਸ ਇਹ ਦੇਖੋ ਜੀ ਐਸਟ੍ਰੋਲੋਜੀ ਕੋਈ ਰੱਬ ਨਹੀਂ ਹੈਗੀ ਇੱਕ ਸਾਇੰਸ ਹੈ ਮੈਂ ਕੋਈ ਜਾਦੂਗਰ ਨਹੀਂ ਹਾਂ ਮੈਂ ਕੋਈ ਫੁੱਕਾਂ ਵਾਲਾ ਬਾਬਾ ਨਹੀਂ ਹੈਗਾ ਕਿਉਂ ਮੈਂ ਉਹ ਸਹੀ ਕਰ ਸਕਦਾ ਜੇ ਮੈਂ ਤੁਹਾਨੂੰ ਸ਼ਨੀ ਲੱਗਾ ਵਾ ਜਾਂ ਤੁਹਾਨੂੰ ਕੋਈ ਰਾਹੁ ਲੱਗਾ ਤੇ ਮੈਂ ਤੁਹਾਡੇ ਕੋਲ 30000 ਰੁਪਇਆ ਜਾਂ 40000 ਰੁਪਇਆ ਲੈ ਕੇ ਮੈਂ ਰਾਹੁ ਨਹੀਂ ਸਹੀ ਕਰ ਸਕਦਾ ਸਮਝ ਗਏ ਜੀ ਮੇਰੀ ਗੱਲ 99% ਲੋਕ ਬ੍ਰਾਹਮਣਾ ਦੇ ਸਾਡੇ ਸੋਲਜਰਾਂ ਦੇ ਕਹਿੰਦੇ ਮੰਦਰ ਜਾਂਦੇ ਆ ਉਹ ਵੀ ਉਦੋਂ ਜਾਂਦੇ ਆ ਜਦੋਂ ਉਹਨਾਂ ਨੂੰ ਸ਼ਨੀ ਦੀ ਮਹਾਦਸ਼ਾ ਜਾਂ ਰਾਖੂ ਦੀ ਮਹਾਦਸ਼ਾ ਲੱਗਦੀ ਹੈ ਜੀ ਠੀਕ ਹੈ ਜੀ ਮਗਰ ਕਰਮ ਅੱਛੇ ਕਰੋ ਅੱਛਾ ਲੋਕ ਕਿਸੇ ਬਾਰੇ ਬੁਰਾ ਨਾ ਸੋਚੋ ਆਪਣਾ ਅੱਛੇ ਪਾਠ ਪੂਜਾ ਕਰੋ ਸਾਡੇ ਸਟਾਰ ਕੰਮ ਕਰਨ ਲੱਪੈਂਦੇ ਆ ਸ਼ਨੀ ਮਹਾਰਾਜ ਕੁਝ ਨਹੀਂ ਕਹਿੰਦੇ ਸ਼ਨੀ ਮਹਾਰਾਜ ਬਹੁਤ ਪਾਵਰ ਹੈਗੀ ਆ ਸ਼ਨੀ ਮਾਰਾ ਇਹਨੇ ਦਇਆ ਬਾਣਾ ਕਿ ਜਦੋਂ ਮਰਜੀ ਰਾਜਾ ਬਣਾ ਸਕਦੇ ਚਾਹੁੰਦੇ ਮੈਂ ਤੁਸੀਂ ਕਰਮ ਚੰਗੇ ਕਰੋ ਹੁਣ ਅੱਜ ਦੀ ਡੇਟ 'ਚ ਆਪਾਂ ਲੋਕ ਬੈਠੇ ਆਂ ਐਸ ਵੇਲੇ ਕੋਈ ਸੋਚ ਰਿਆ ਕਦੋਂ ਰਾਤੀ ਚੋਰੀ ਕਰਨੀ ਆ ਕੋਈ ਕਹਿ ਰਿਹਾ ਹੁਣ ਆ ਕੋਈ ਯਾਰ ਕਦੋਂ ਆਪਾਂ ਵਿਆਹ ਤੇ ਜਾਣਾ ਕੋਈ ਕਹਿੰਦਾ ਨਾ ਯਾਰ ਕਦੋਂ ਆਪਾਂ ਪਾਰਟੀ ਤੇ ਜਾਣਾ ਵਾ ਕਈ ਲੋਕ ਸੋਚਦੇ ਨਹੀਂ ਯਾਰ ਮੇਰਾ ਹੁਣ ਭਗਤੀ ਦਾ ਟਾਈਮ ਆ ਯਾਰ ਮੈਂ ਹੁਣ ਭਗਤੀ ਕਰਨੀ ਆ ਜੋ ਜਿੱਥੇ ਭਗਤੀ ਆ ਤੇ ਉੱਥੇ ਸ਼ਕਤੀ ਵੀ ਆ ਅੱਛਾ अच्छा बेसिकली शनि ਆਪਾਂ ਕਿਹਨੂੰ ਕਹਿੰਦੇ ਆ ਵੀ ਤੁਹਾਡੇ ਹਾਲਾਤ ਜੇ ਸ਼ਨੀ ਚੰਗਾ ਹੋਵੇ ਤਾਂ ਤਾਂ ਕੀ ਹੁੰਦਾ ਜੇ ਸ਼ਨੀ ਮਾੜਾ ਹੋਵੇ ਤਾਂ ਕੀ ਹੋ ਜਾਂਦਾ ਸ਼ਨੀ ਬਹੁਤ ਸ਼ਨੀ ਜੇ ਛਣੀ ਉੱਚਦਾ ਹੋਵੇ ਤਾਂ ਤੁਹਾਨੂੰ ਰਾਜਾ ਬਣਾ ਦੇਵੇ ਉਹ ਥੱਲੇੋਂ ਥੱਲੇੋਂ ਜ਼ਮੀਨ ਤੋਂ ਚੱਕ ਲੈਂਦਾ ਆ ਜਾ ਵੀ ਭਕਤਾਂ ਤੇ ਲਈ ਵਸੇ ਰਾਜ ਭਾਗ ਬਣਿਆ ਹੋਇਆ ਵਾ ਠੀਕ ਆ ਸ਼ਨੀ ਸ਼ਨੀ ਮਾਰੇ ਕੁਝ ਨਹੀਂ ਹੋ ਇਹ ਆਪਾਂ ਜਿਹੜੇ ਕਰਮ ਕੀਤੇ ਨਾ ਲਿਖਾ ਦਿਖਾ ਇੱਥੇ ਹੀ ਕਰਤਾ ਸਿਚੁਏਸ਼ਨ ਇਹਦੀ ਦਸ਼ਾ ਮਤੋਂ ਤੁਸੀਂ ਦਸ਼ਾ ਕਹਿੰਨੇ ਹੋ ਹਾਂਜੀ ਦੇਖੋ ਸ਼ਨੀ ਦੀ ਦਸ਼ਾ ਜੀ ਮੇਰੇ ਕੋਈ ਵੀ ਸੰਗਤ ਆਈ ਆ ਬੜੀ ਸੰਗਤ ਦਾਤੀ ਦੀ ਕਿਰਪਾ ਨਾਲ ਬਗਲਾਮੱਖੀ ਦੀ ਮਾਦੀ ਐਚ ਐਸ ਸਰਾਵਤ ਮੇਰੇ ਗੁਰੂ ਜੀ ਆਨੀ ਲਵਸਤੀ ਮੇਰੇ ਗੁਰੂ ਜੀ ਆ ਦਿੱਲੀ ਤੋਂ ਮੈਂ 14 ਮਾਰੀ ਗੋਲਡ ਮੈਰੀ ਸੋਇਆ ਆ ਸ਼ਨੀ ਦਾ ਜਦੋਂ ਵੀ ਕਿਸੇ ਨੂੰ ਮਹਾਦਸ਼ਾ ਲੱਗਦੀ ਹੈ ਜੀ ਚਾਹੇ ਕੋਈ ਮਾੜਾ ਆਵੇ ਚਾਹੇ ਮੇਰੇ ਕੋਈ ਕੋਈ ਤਕੜਾ ਬੰਦਾ ਆਵੇ ਜੀ ਮੇਰੇ ਸਿਰਫ 150 ਰੁਪਏ ਦੇ ਪਾਈਆ ਜੀ ਉਹ ਵੀ ਮੈਂ ਨਹੀਂ ਕਰਨੇ ਨਾ ਮੈਂ ਆਪਣੇ ਕੋਲੋਂ ਕੁਝ ਦੇਣਾ ਜੀ ਮੈਂ ਕੋਈ ਜਾਦੂਗਰ ਨਹੀਂ ਹਾਂ ਠੀਕ ਆ ਜ ਅਸੀਂ ਸਿਰਫ ਇੱਕੋ ਹੀ ਪਾਇ ਕਰਾਈਦਾ ਵਾ ਬਈ ਆ ਤੁਮ ਰੋਈ ਸ਼ਨੀਵਾਰ ਉਹ ਵੀ ਨੀੜੀ ਬੱਚੇ ਨੂੰ ਦੇਣਾ ਵਾ ਕਿਉਂਕਿ ਮੰਦਿਰ ਗੁਰਦੁਆਰੇ ਸਾਡੇ ਸਭ ਰੱਜੀ ਹੈ ਜੀ ਸਭ ਕੁਝ ਹੈਗਾ ਮੰਦਿਰਾਂ ਚ ਕੋਈ ਦਾਤੀ ਦੀ ਜਿੱਥੇ ਭਗਵਾਨ ਮਿਟੇ ਉੱਤੇ ਕਾਦੀ ਕਮੀ ਹੈਗੀ ਵਾਕੇ ਠੀਕ ਹੈ ਨਾ ਉੱਥੇ ਤਾਂ ਕੋਈ ਕਮੀ ਨਹੀਂ ਹੈਗੀ ਪਰ ਆਪਾਂ ਇਹ ਸਿੰਨੇ ਕਿ ਜਿਹੜੇ ਨੀੜੀ ਨੀੜੀ ਆ ਉਹਨਾਂ ਨੂੰ ਦਿਓ ਜਿਹੜੇ ਤੁਹਾਡੇ ਕੇ ਹੱਥ ਆੜਲੇ ਜਿਹਨੇ ਹੱਥ ਹੀ ਆੜਲੇ ਤੁਹਾਡੇ ਮੂਰੇ ਉਹਦੇ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ ਵਾਕਈ ਪਰ ਸੋਹਣੀ ਗੱਲ ਹੈ ਅੱਛਾ ਗੱਲਾਂ ਤੇ ਪੰਡਤ ਦੂਸਰੇ ਵੀ ਬਹੁਤ ਸੋਹਣੀਆਂ ਕਰਦੇ ਆ ਵੀ ਤੁਹਾਡੇ ਤੇ ਫਲਾਨਾ ਅੰਦੋਸ਼ ਆ ਤੁਸੀਂ 30000 ਦੇ ਦਿਓ ਤੁਸੀਂ 40000 ਦੀ ਪੂਜਾ ਫਿਰ ਫਿਰ ਵਾਕਈ ਇੰਨੀ ਇੰਨੀਆਂ ਮਹਿੰਗੀਆਂ ਪੂਜਾ ਹੁੰਦੀਆਂ ਨਹੀਂ ਕੋਈ ਮਹਿੰਗੀ ਨਹੀਂ ਹੁੰਦੀ ਜੀ ਇੱਕ ਆਪਾਂ ਦੇਖੋ ਕਿਸੇ ਬਾਰੇ ਆਪਾਂ ਮਾੜੀ ਗੱਲ ਨਹੀਂ ਕਹਿ ਸਕਦੇ ਕੋਈ ਸਟਾਰ ਜਿਹੜਾ ਕੱਲ ਮੈਨੂੰ ਕਹੋਗਾ ਵੀ ਹਾਂ ਵੀ ਤੂੰ ਮੇਰੇ ਬਾਰੇ ਗਲਤ ਕਿਹਾ ਜਾਂ ਉਹਦੇ ਬਾਰੇ ਗਲਤ ਕਿਹਾ ਤੁਹਾਨੂੰ ਕੋਈ ਵੀ ਸਟਾਰ ਲੱਗਦਾ ਦੇਖੋ ਲਾਈਫ 'ਚ ਦੋ ਸਟਾਰ ਹੁੰਦੇ ਆ ਜੀ ਜਦੋਂ ਬੰਦੇ ਨੂੰ ਹਿਲਦੇ ਆ ਇੱਕ ਰਾਹੂ ਦੀ ਮਹਾਦਸ਼ਾ ਹੁੰਦੀ ਆ ਇੱਕ ਸ਼ਨੀ ਦੀ ਮਹਾਦਸ਼ਾ ਹੁੰ ਠੀਕ ਆ ਜਾਂ ਕਿਸੇ ਦਾ ਮੰਗਲ ਲੱਗਾ ਜਾਂ ਚੰਦਰ ਜਿਆਦਾ ਹੁੰਦਾ ਵਾ ਜਾਂ ਕਿਸੇ ਦੀ ਵੀ ਮੈਂ ਜਦੋਂ ਤੁਹਾਨੂੰ ਮੇਰੇ ਕੋਈ ਇੱਕ ਲੇਟਸਟ ਪਿਛਲੇ ਵੀਕ ਮੇਰੇ ਕੋ ਕਸਟਮਰ ਆਇਆ ਕਿ ਗੁਰਜੀ ਮੇਰੀ ਸ਼ਾਦੀ ਹੈ ਲਵ ਮੈਰਿਜ ਹੈ ਮੈਂ ਉਹਦਾ ਟੇਵਾ ਮੈਚ ਕੀਤਾ ਮੇਰੇ ਕੋ ਕਾਫੀ ਸੰਗਤ ਬੈਠੀ ਸੀ ਤੇ ਮੈਂ ਕਹ ਵੀ ਰਾਜੀ ਤੇਰਾ ਟੇਵਾ ਨਹੀਂ ਮਿਲਦਾ ਇਹ ਕਹਿੰਦੇ ਕਿਉਂ ਕਹਿੰਦਾ ਗੁਰਜੀ ਮੈਂ ਤਾਂ ਇੱਥੇ ਵਿਆਹ ਕਰਾਉਣਾ ਮੈਂ ਕਹ ਵੀ ਮੇਰੇ ਹਿਸਾਬ ਨਾਲ ਟੇਵਾ ਨਹੀਂ ਮਿਲਦਾ ਬਾਕੀ ਤੂੰ ਆਪ ਤੇਰੀ ਮਰਜ਼ੀ ਆ ਜੇ ਤੂੰ ਪੁੱਛਣ ਆ ਗਿਆ ਤੇ ਮੇਰੇ ਪੁੱਛਣ ਦੇ ਹਿਸਾਬ ਨਾਲ ਤੇਰਾ ਟੇਵਾ ਨਹੀਂ ਮਿਲਦਾ ਜੇ ਤੂੰ ਨਹੀਂ ਪੁੱਛਦਾ ਤੇ ਫਿਰ ਨੂੰ ਭੁੱਲ ਜਾ ਫਿਰ ਤੇਰੀ ਮਰਜ਼ੀ ਆ ਜੋ ਮਰਜੀ ਕਰ ਕਹਿੰਦਾ ਗੁਰੂ ਜੀ ਮੈਨੂੰ ਫਲਾਨੇ ਪੰਡਤ ਨੇ ਕਿਹਾ 31000 ਲੱਗੂਗਾ ਮੈਂ ਕਿਹਾ ਫੇ ਉਹਦੇ ਕੋਲ ਚੱਲ ਜਾ ਅੱਛਾ 31000 ਲੱਗੂਗਾ ਪੂਜਾ ਤੇ ਇਹ ਲੈ ਲੈ ਫੇ ਤੇਰੇ ਮੈਂ ਕਿਹਾ ਜੇ ਉਹ 31000 ਤੇ ਤੇਰੇ 28 ਗੋਣ ਮਲਾਉਂਦਾ ਵਾ ਤੇ ਮੈਂ ਵੀ ਤੇ ਕੋ ਨੌਕਰੀ ਕਰਨ ਨੂੰ ਤਿਆਰ ਹੈਗਾ ਕਹਿੰਦਾ ਫੇ ਉਹਦੀ ਮਦਰ ਉਹਦੇ ਮਦਰ ਔਰ ਬੇਟਾ ਆਪਣੇ ਦੋਨੋਂ ਆਏ ਮਾਪੇ ਕਹਿੰਦੇ ਗੁਰੂ ਜੀ ਸਾਡੀਆਂ ਤੁਸੀਂ ਅੱਖਾਂ ਖੋਲਤੀਆਂ ਤੁਸੀਂ ਬੜਾ ਅਛਾ ਰਾਹ ਦੱਸਿਆ ਮੈਂ ਕਿਹਾ ਦੇਖੋ ਤੁਹਾਡੇ 31000 ਜੀ ਮੈਂ ਰਾਜਾ ਨਹੀਂ ਬਣ ਜਾਣਾ ਕੱਲ ਤੁਹਾਡਾ ਪੁੱਤ ਚੱਲ ਗਿਆ ਤੁਸੀਂ ਸਾਰੀ ਉਮਰ ਮੈਨੂੰ ਗਾਲਾਂ ਕੱਢਣੀਆਂ ਸਾਰੀ ਮਤਲਬ ਨੁਭਾਸੀਸਾ ਦੇਣੀ ਹੈ ਅੱਛਾ ਇਦਾਂ ਵੀ ਹੋ ਜਾਂਦਾ ਵੀ ਜੇ ਤੁਸੀਂ ਵਿਆਹ ਗਲਤ ਕਰ ਲਓ ਤੇ ਕਿਸ ਕੋਈ ਇੱਕ ਜਣਾ ਉਹਦੀ ਡੈਥ ਹੋ ਜਾਂਦੀ ਕਰ ਹਾਂਜੀ ਉਹ ਕੋਈ ਜੇ ਕਿਸਨ ਮੰਗਲਿਕ ਦੋਸ਼ ਆ ਉਹ ਮੰਗਲਿਕ ਜੇ ਦੋਨੇ ਮੰਗਲਿਕ ਤੇ ਮੰਗਲਿਕ ਨੂੰ ਮੰਗਲਿਕ ਕੱਟ ਦਿੰਦਾ ਜੀ ਠੀਕ ਆ ਜੀ ਤੇ ਜੇ ਤੁਸੀਂ ਹਾਂ ਉਹਦੇ ਗੁਣ ਅੱਛੇ ਮਿਲਦੇ ਉਹਦੀ ਜੇ ਰਾਸ਼ੀ ਦਾ ਸ਼ਨੀ ਕੱਟਦਾ ਹੋਵੇ ਜਾਂ ਮੰਗਲ ਨਿਛੜੀ ਕਰ ਉਹਦੇ ਕਰਕੇ ਆਪਾਂ ਨੂੰ ਫਿਰ ਵਿਆਹ ਸੈੱਟ ਬਹਿ ਜਾਂਦਾ ਉਹ ਤੁਹਾਡਾ ਕੋਈ ਗੋਣੀ ਨਹੀਂ ਮਿਲਦਾ ਕੋਈ ਸਟਾਰ ਹੀ ਨਹੀਂ ਮਿਲਦਾ ਤੇ ਮੈਂ ਕਿੱਦਾਂ ਕਹਿ ਦਵਾਉਂਦਾ ਠੀਕ ਹੈ ਵਿਕਰਮ ਜੀ ਆਪਾਂ ਬਾਅਦਸ ਰਿਆਂ ਹੋਰ ਗੱਲਾਂ ਕਰਾਂਗੇ ਪਰ ਜਿਹੜੇ ਤੁਸੀਂ ਮਕਸਦ ਲਈ ਮੇਰੇ ਸਟੂਡੀਓ ਪਹੁੰਚੇ ਸੀਗੇ ਮੈਂ ਪਹਿਲਾਂ ਉਹ ਵੀ ਦੱਸ ਦਵਾ ਆ ਇਹ ਜਲੰਧਰ ਦੇ ਵਿੱਚ ਜਿਹੜਾ ਆ ਇੱਕ ਬਹੁਤ ਸੋਹਣਾ ਉਪਰਾਲਾ ਕਰ ਰਹੇ ਆ ਸ਼੍ਰੀ ਬੰਗਲਾ ਮੁਖੀ ਜੀ ਮੰਦਿਰ ਬੰਗਲਾ ਮੁਖੀ ਦਰਬਾਰ ਚ ਹਾਂ ਦਰਬਾਰ ਹੈ ਉਹ ਉਹ ਬਣਾਉਣ ਜਾ ਰਹੇ ਆ ਤੇ ਗੱਲਬਾਤ ਉਸੇ ਕੰਟੈਕਸਟ ਸਿੱਗੀ ਪਰ ਮੈਨੂੰ ਲੱਗਿਆ ਵੀ ਕਿਉਂਕਿ ਮੈਂ ਜਰਨਲਿਸਟ ਐ ਔਰ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਦੋ ਕੋਈ ਤੁਹਾਡੇ ਕੋਲੇ ਉਹੋ ਜਿਹੇ ਬੰਦਾ ਬੈਠੇ ਤਾਂ ਉਹਦੇ ਤੋਂ ਉਹ ਸਾਰੀਆਂ ਗੱਲਾਂ ਪੁੱਛ ਲਓ ਤੁਸੀਂ ਬੜਾ ਕੁਝ ਕਹ ਪਤਾ ਕਿ ਦਲਾਦਾ ਵੀ ਤੁਸੀਂ ਕਿਦਾਂ ਦੇਖ ਲੈਣੇ ਡੇਟ ਆਫ ਬਰਥ ਟਾਈਮ ਤੋਂ ਚੈੱਕ ਹੁੰਦਾ ਜੀ ਡੇਟ ਆਫ ਬਰਥ ਕਿਦਾਂ ਹੁਣ ਜਿਵੇਂ ਮੈਂ ਪਿੰਡ ਤੋਂ ਆਣਾ ਤੇ ਮੇਰੇ ਮਨ ਲੱਗਦਾ ਮੇਰੀ ਮਾਤਾ ਨੂੰ ਮੇਰੀ ਡੇਟ ਆਫ ਬਰਥ ਐਗਜੈਕਟ ਪਤਾ ਹੀ ਨਹੀਂ ਹੋ ਸਕਦੀ ਜਾਂ ਟਾਈਮ ਹੀ ਨਹੀਂ ਪਤਾ ਹੋ ਸਕਦਾ ਦੇਖੋ ਜੀ ਕਈ ਜਦੋਂ ਨਾ ਉਹ ਘੜੀਆਂ 'ਚ ਬੱਚਾ ਕਿਹੜੀ ਦਿਨ ਵਿੱਚ ਨਾ ਜਦੋਂ ਤੁਹਾਡੀ ਡੇਟ ਆਫ ਬਰਥ ਆ ਉਹ ਘੜੀਆਂ 'ਚ ਕਿੰਨੇ ਬੱਚੇ ਜੰਮੇ ਆ ਜੀ ਅੰਦਾਜ਼ਾ ਵੀ ਹਰੇਕ ਮਦਰ ਨੂੰ ਪਤਾ ਕਈ ਇਹਨੂੰ ਹੁੰਦਾ ਯਾਰ ਕੱਲ ਦਿਵਾਲੀ ਸੀ ਆ ਫਲਾਨੀ ਦਿਨ ਉਹ ਅੱਜ ਆ ਸੀ ਉਸ ਦਿਨ ਸਾਡੇ ਏਰੀਆ 'ਚ ਆ ਸੀ ਕਈ ਉਹ ਤੋਂ ਪਿੰਡਾਂ ਦੇ ਵਿੱਚ ਕਈ ਨਹੀਂ ਨੋਟ ਕਰਦੇ ਸੀ ਜਾਂ ਚੌ ਅੱਜ ਕੱਲ ਤੇ ਬੜਾ ਹੋ ਗਿਆ ਹਰ ਚੀਜ਼ ਦਾ ਟ੍ਰੈਂਡ ਹੋ ਗਿਆ ਕਿ ਹਸਪੀਟਲ ਇਨ ਡੇਟ ਆਬਰ ਤਾਂ ਚੀਜ ਹੋ ਜਾਂਦੀ ਹੈ ਨੋਟ ਹੋ ਜਾਂਦੀ ਹੈ ਨਾ ਪਰ ਤੁਹਾਡੀ ਉਹ ਦਸ਼ਾ ਚ ਕਿੰਨੇ ਬੱਚੇ ਜੰਮੇ ਆ ਉਹ ਸਾਰਾ ਅੰਤਰਾ ਬਾਹਰ ਆ ਜਾਂਦਾ ਜੀ ਅੱਛਾ ਹਾਂ ਨਿਕਲ ਜਾਂਦਾ ਜੀ ਸਾਈਂਸ ਸਾਹਿਬ ਮਤਲਬ ਐਸਟ੍ਰੋਲੋਜੀ ਸਾਈਂਸ ਸਾਹਿਬ ਹੁਣ ਜੇ ਮੈਂ ਆਪਣੀ ਡੇਟ ਆਫ ਬਰਥ ਦੱਸਾਂ ਤਾਂ ਤੁਸੀਂ ਮੇਰਾ ਮੈਨੂੰ ਦੱਸ ਦੋਗੇ ਕਿ ਮੇਰੇ ਮੇਰੀ ਲਾਈਫ ਚ ਕੀ ਹੈ ਹਾਂ ਤੁਹਾਨੂੰ ਡੇਟ ਆਫ ਬਰਥ ਟਾਈਮ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਜੀ ਤੁਹਾਡੀ ਤੁਹਾਡੀ ਕੀ ਹੈਗਾ ਵਾ ਤੁਹਾਨੂੰ ਕਿਹੜੀ ਮਹਾ ਦਸ਼ਾ ਲੱਗੀ ਆ ਕਿਹਨੂੰ ਕਿਹੜੀ ਦਸ਼ਾ ਲੱਗੀ ਆ ਕਿੰਨੀ ਦੇਰ ਤੁਸੀਂ ਇੱਥੇ ਹੈਗੇ ਹੋ ਕਿੰਨੀ ਦੇਰ ਤੁਸੀਂ ਬਾਹਰ ਹੈਗੇ ਹੋ ਅੱਛਾ ਮੈਂ ਪੁੱਛੂੰਗਾ ਵੈਸੇ ਕੈਮਰੇ ਤੋਂ ਪੜਾ ਇੱਕ ਚੀਜ਼ੇ ਵੀ ਆ ਨਾ ਵੀ ਤੁਸੀਂ ਆਪਾਂ ਕਹਿੰਦੇ ਵੀ ਤੁਹਾਡੇ ਸਟਾਰ ਜਿਹੜੇ ਆ ਥੋੜੀ ਕਿਸਮਤ ਜਿਹੜੀ ਆ ਉਦੋਂ ਲਿਖੀ ਜਾਂਦੀ ਜੋ ਤੁਸੀਂ ਜਾ ਮਾ ਜਾਂਦੇ ਆ ਤੇ ਫਿਰ 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 ਤੁਸੀਂ ਕਿਸਮਤ ਵਿੱਚ ਕਿਵੇਂ ਹੇਰਫੇਰ ਕਰ ਸਕਦੇ ਆ ਆਪਾਂ ਕਰ ਹੀ ਨਹੀਂ ਸਕਦੇ ਜੀ ਆਪਾਂ ਕਿਸਮਤ ਦੇਖੋ ਕਈ ਵਾਰ ਕੀ ਹੁੰਦਾ ਵਾ ਕਿ ਮਾਪੇ ਕੋ ਨਾ ਬੜਾ ਕੁਝ ਹੁੰਦਾ ਜੱਦੀ ਹੁੰਦੀ ਆ ਨਾ ਰਜੀ ਰਜੀਪੁਰਜੀ ਪੋਸਟ ਜਾਂ ਪੀੜੀ ਚਲਦੀ ਆ ਰਹੀ ਹੈ ਪੀੜੀਆਂ ਤੇ ਪੀੜੀਆਂ ਚਲਦੀਆਂ ਠੀਕ ਆ ਜੀ ਹੁਣ ਆ ਬਾ ਕੱਲ ਬੇਟਾ ਉੱਠ ਕੇ ਕਹਿੰਦਾ ਪਾਪਾ ਕਾ ਕਾ ਕਦੇ ਨੂੰ ਕੰਮ ਕਰਨ ਦੀ ਲੋੜ ਨਹੀਂ ਤੇ ਲਈ ਬਹੁਤ ਕੁਛ ਕਮਾਇਆ ਆ ਕਿਉਂਕਿ ਪਹਿਲਾਂ ਹੀ ਰਾਜ ਜੋਗਾ ਘਰ ਪਰਵਾਣਾ ਚੇ ਬਿਲਕੁਲ ਕਮੀ ਨਹੀਂ ਸਤਾ ਪੀੜੀਆਂ ਚਲਦਾ ਹੀ ਆ ਰਿਆ ਵਫਾ ਦਾ ਕਹਿੰਦਾ ਲੈ ਜਾ ਇੱਕੋ ਕਈਆਂ ਦੇ ਇਕੱਲਾ ਇਕੱਲਾ ਪੁੱਤ ਹੁੰਦਾ ਕਈਆਂ ਦੇ ਦੋ ਬੇਟੇ ਹੁੰਦੇ ਲੈ ਵੀ ਤੇ ਲਈ ਵੀ ਜੋੜਿਆ ਤੇ ਲਈ ਉਹ ਬੱਚੇ ਦੇ ਦਿਮਾਗ 'ਚ ਕਈਆਂ ਦੇ ਵਹਿ ਜਾਂਦਾ ਫੋਕਸ ਲੈ ਜਾਂ ਸਾਡੇ ਕੋਲ ਤਾਂ ਬੜਾ ਕੁਛ ਹੈਗਾ ਸਾਨੂੰ ਤੇ ਕੰਮ ਕਰਨ ਦੀ ਲੋੜ ਹੀ ਨਹੀਂ ਅੱਜ ਕੱਲ ਦੀ ਬੱਚੇ ਦੀ ਜਨਰੇਸ਼ਨ ਇਹਦਾ ਕੋਈ ਕੰਮ ਕਰਕੇ ਕੁਛ ਹੀ ਨਹੀਂ ਨਾਰਮਲੀ 90% 99% ਬੱਚੇ ਸਾਰੇ ਫੋਰਨ ਨੂੰ ਭੱਜ ਰਹੇ ਬਾਹਰ ਅੱਜ ਲੈਟਸ ਕਾਲੀ ਜੇ ਉਹਦਾ ਦੋਸਤ ਕਿਹਾ ਨਹੀਂ ਪਾਪਾ ਜੀ ਮम्मा ਜੀ ਮੈਂ ਵੀ ਬਾਹਰ ਹੀ ਜਾਣਾ ਵਾ ਠੀਕ ਹੈ ਅੱਜ ਕੱਲ ਸਾਡੇ ਇਹੋ ਜੀ ਜਨਰੇਸ਼ਨ ਆ ਗਈ ਹੋਈ ਆ ਇੰਡੀਆ ਕੋਈ ਰਹਿਣਾ ਹੀ ਨਹੀਂ ਚਾਹੁੰਦਾ ਅੱਛਾ ਤਾਂ ਫਿਰ ਉਹੀ ਮੈਂ ਕਹਿ ਰਿਹਾ ਮੇਰਾ ਸਵਾਲ ਦਾ ਜਵਾਬ ਨਹੀਂ ਮਿਲਿਆ ਮੈਨੂੰ ਵੀ ਤੁਸੀਂ ਆਪਾਂ ਕਹਿੰਦੇ ਸੀ ਵੀ ਜੇ ਕਿਸਮਤ ਚ ਲਿਖਿਆ ਗਿਆ ਤੇ ਉਹਨੂੰ ਕਿਸਮਤ ਨੂੰ ਬਦਲਿਆ ਜਾਂ ਸੁਧਾਰਿਆ ਜਾ ਸਕਦਾ ਸੁਧਾਰਿਆ ਜਾ ਸਕਦਾ ਬਦਲਿਆ ਨਹੀਂ ਜਾ ਸਕਦਾ ਸੁਧਾਰਿਆ ਕਿਵੇਂ ਜਾਸਾ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਸਪੋਇ ਕਰੂੰ ਮੈਂ ਤੁਹਾਨੂੰ ਦੱਸਾਂ ਵੀ ਆ ਤੁਹਾਨੂੰ ਸਟਾਰ ਲੱਗਾ ਵਾ ਇੱਥੇ ਥੋੜਾ ਬਚ ਕੇ ਰਹੀਓ ਤੁਸੀਂ ਫਿਰ ਨਾ ਹਟੋ ਇਹ ਤੇ ਫਿਰ ਮੇਰਾ ਕਸੂਰ ਨਹੀਂ ਕਈ ਵਾਰ ਇਦਾਂ ਹੁੰਦਾ ਵੀ ਤੁਹਾਨੂੰ ਕਹਿੰਦੇ ਵੀ ਤੁਹਾਡਾ ਐਕਸੀਡੈਂਟ ਹੋਣਾ ਸੀ ਤੁਸੀਂ ਲੋਹੇ ਤੋਂ ਦੂਰ ਰਹੋ ਫਲਾਣੇ ਚੀਜ਼ ਤੋਂ ਰਹੋ ਹਾਂਜੀ ਉਹ ਹਾਂਜੀ ਬਿਲਕੁਲ ਜਦੋਂ ਮੰਗਲ ਸ਼ਣੀ ਹੋਣ ਤੇ ਮੈਚੂਅਲੀ ਹੁੰਦਾ ਜੀ ਅਸੀਂ ਕਈ ਉਹਨਾਂ ਦੱਸੀਦਾ ਵਾ ਵੀ ਗੱਡੀ ਧਿਆਨ ਨਾਲ ਚਲਾਈ ਤੈਨੂੰ ਸਜ਼ਾ ਦੇ ਯੋਗ ਹੈਗੇ ਆ ਮੇਰੇ ਕੋਲ ਕੋਈ ਕਸਟਮਰ ਆਇਆ ਮੈਂ ਕਹਿੰਦਾ ਗੁਰੂ ਜੀ ਬਾਹਰ ਜਾਣਾ ਮੈਂ ਕਹਿੰਦਾ ਆਪਾਂ ਅੰਦਰ ਜਾਣਾ ਵਾ ਕਹਿੰਦੇ ਯੂ ਕਿ ਮੈਨੂੰ ਜੋਗ ਲੱਗਾ ਅੱਛਾ ਕਈ ਵੰਡ ਤੇ ਹੁੰਦਾ ਵੀ ਉਹ ਮੈਂ ਸੁਣਿਆ ਸੀਗਾ ਵੀ ਜਦੋਂ ਮੈਂ ਜਰਨਲਿਜ਼ਮ ਪੜ੍ਹਦਾ ਸੀ ਕਹਿੰਦੇ ਜੀ ਪੋਲਿਟਿਸ਼ੀਨਾਂ ਨੂੰ ਕਹਿੰਦੇ ਵੀ ਤੁਸੀਂ ਜੇਲ੍ਹ ਦੀ ਰੋਟੀ ਮੰਗਵਾ ਕੇ ਖਾ ਲੋ ਹਾਂਜੀ ਅਸੀਂ ਰੀਸੈਂਟਲੀ ਮਿਲਿਆ ਜੀ ਦੋਸਤ ਨਾਲ ਸੀ ਮੇਰੀ ਕਾਫੀ ਸੰਗਤ ਆ ਜੀ ਮੇਰੇ ਨਾਲ ਸੀ ਅਸੀਂ ਅੱਜ ਕਾਰਡ ਦੇਣ ਗਏ ਸੀ ਤੇ ਮੈਂ ਕਿਹਾ ਵੀ ਉਹ ਕਹਿੰਦੇ ਚਾਹ ਪੀਣੀ ਮੈਂ ਕਿਹਾ ਵੀ ਸਰਕਾਰੀ ਖਾਤੇ ਦੀ ਚਾਹ ਯੂ ਪੀ ਪੀ ਲੈਣੀ ਚਾਹੀਦੀ ਆ ਸ਼ਨੀਵਾਰ ਨੂੰ ਹਸਪੀਟਲ ਦਾ ਪਾਣੀ ਪੀ ਲੈਣੇ ਤੇ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਤੇ ਲੋਕੀ ਜੇਲ੍ਹ ਦੀਆਂ ਰੋਟੀਆਂ ਤਾਂ ਖਾਂਦੇ ਸੀ ਇਹ ਗ੍ਰਹ ਮੰਗ ਬੜਾ ਕ ਕੀ ਕਿਹੜਾ ਕਰਿਆ ਸਭ ਤੋਂ ਸੋਹਣਾ ਮੈਂ ਸੁਣਿਆ ਸੀ ਵੀ ਘਰ 'ਚ ਫੁੱਲ ਬੂਟੇ ਲਾਉਣ ਦੇ ਨਾਲੇ ਤੁਹਾਡਾ ਸ਼ੁਕਰ ਸਹੀ ਹੋ ਜਾਂਦਾ ਬੁੱਧ ਸਹੀ ਹੁੰਦਾ ਤੇ ਬੁੱਧ ਜੇ ਸਹੀ ਹੋਵੇ ਤਾਂ ਕੀ ਕੀ ਹੁੰਦਾ ਬੁੱਧ ਅੱਛਾ ਹੋਵੇ ਤਾਂ ਤੁਹਾਡਾ ਦਿਮਾਗ ਸਹੀ ਤੁਹਾਡੇ ਅੱਛੀ ਸੋਚ ਸਹੀ ਹੋ ਜਾਣੀ ਹੈ ਠੀਕ ਹੈ ਤੁਹਾਡੀ ਅੱਛੀ એનર્ਜੀ ਆ ਜਾਣੀ ਹੈ એનર્ਜੀ ਆ ਜਾਣੀ ਹੈ ਤੁਹਦ ਲਈ ਕੀ ਕਰਨਾ ਚਾਹੀਦਾ ਬੁੱਧ ਨੂੰ ਬੁੱਧ ਨੂੰ ਸਹੀ ਕਰਾਂਗੇ ਜਿਵੇਂ ਆਪਸੀ ਦੀ ਜਾਨਵਰਾਂ ਨੂੰ ਖਾਲੀ ਮੂੰਗੀ ਪਾਓ ਠੀਕ ਹੈ ਜੀ ਸਤਰਾਜਾ ਪਾਓ ਕੋਠੇ ਦੇ ਮਿੱਟੀ ਦਾ ਪਾਂਡਰ ਨੂੰ ਰੋਜ਼ ਧੋਵੋ ਉਹ 'ਚ ਗੰਦਾਪਨ ਨਾ ਹੋਵੇ ਉਹਨੂੰ ਸਫਾਈ ਨਾਲ ਰੱਖੋ ਰੋਜ਼ ਧੋ ਕੇ ਪਾਂਡਾ ਪਰੋਂ ਨਾਲ ਦੇਖੋ ਪੰਛੀ ਜੇ ਇਕਰਾ ਬਵਸਦਾ ਬੇਜਵਾਨਾ ਉਹਨੇ ਮੂੰਹੋਂ ਮੰਗੇ ਪਾਣੀ ਨਹੀਂ ਲੈਣਾ ਉਹਨੂੰ ਇੱਕ ਪਿਆਰ ਹੁੰਦਾ ਤੁਹਾਡੇ ਘਰ ਨਾਲ ਯਾਰ ਇੱਥੇ ਮੇਰਾ ਪਾਣੀ ਪਿਆ ਵਾ ਇੱਥੇ ਮੈਂ ਪਾਣੀ ਪੀਣਾ ਹੀ ਪੀਣਾ ਠੀਕ ਹੈ ਜੀ ਇਹ ਜਾਨਵਰ ਦੀ ਸੇਵਾ ਕਰੋ ਕੋਈ ਵੀ ਅੱਜ ਕੱਲ ਦੇ ਦੇਖੋ ਕਿੰਨੇ ਪਰਸੈਂਟ گاਵਾ ਸੜਕਾਂ ਦੇ ਮੈਂ ਇਹ ਵੀ ਇੱਕ ਰਿਕਵੈਸਟ ਕਰਨੀ ਚਾਹੁੰਦਾ ਪੰਜਾਬ ਕੇਸੀ ਨੂੰ ਕਿ ਸਾਡੀ ਇਹ ਦੇਖੋ ਕਿੰਨੇ ਸ਼ਹਿਰ ਚ گاਵਾ ਸੜਕਾਂ ਦੇ ਲੋਕਾਂ ਦੇ ਐਕਸੀਡੈਂਟ ਹੋ ਰਹੇ ਆ ਅੱਧੀ ਰਾਤ ਕਈਆਂ ਲੋਕਾਂ ਨੂੰ ਦਿਖਦਾ ਨਹੀਂ ਕਈ ਗੱਡੀਆਂ ਬੜੀ ਫਾਸਟ ਹੁੰਦੀਆਂ ਵਾ ਇਹ گاਵਾ ਦਾ ਵੀ ਕੋਈ ਹੱਲ ਕੀਤਾ ਜਾਵੇ ਅੱਛਾ ਲੁਕੀ ਸਟਾਰ ਬਦਲਣ ਦੇ ਲਈ ਪੰਡਤਾਂ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੰਦੇ ਆ ਮਿਹਨਤਕ ਨਹੀਂ ਕਰਦੇ ਹੈਗੇ ਸਟਾਰ ਬਦਲਣ ਲਈ ਜਿੱਦਾਂ ਹੁਣ ਆਪਾਂ ਕਹਿੰਦੇ ਆ ਵੀ ਸੇ ਤਰੱਕੀ ਤੇ ਜਾਤੇ ਜਾਈਏ ਇਹਦਾ ਵੀ ਕੋਈ ਚੱਕਰ ਹੁੰਦਾ ਵੀ ਤੁਸੀਂ ਤਰੱਕੀ ਦੇ ਜਾਣਾ ਤਾਂ ਤੁਹਾਨੂੰ ਆਹ ਕਰਨਾ ਪੈਣਾ ਦੇਖੋ ਜਦੋਂ ਆਪਣੇ ਤੇ ਜਿਹਦੇ ਕੋਲ ਸਭ ਕੁਝ ਹਨਾ ਜੀ ਜਿਹਦੇ ਕੋਲ 4 ਪੈਸੇ ਆ ਉਹਨੇ ਕੋਈ ਪੰਡਤਾਂ ਨਹੀਂ ਉਹਨੂੰ ਆਉਣ ਦੀ ਲੋੜ ਨਹੀਂ ਮਿਲਦਾ ਉਹ ਜ਼ਿਆਦਾ ਜਾਣਦੇ ਵੈਸੇ ਨਹੀਂ 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 ਉਹਨੂੰ ਸਾਡੀ ਰੋੜ ਹੀ ਹੈ ਨਹੀਂ ਵੈਸੇ ਤਾਂ ਨਾਰਮਲੀ ਕਹਿੰਦੇ ਲਿਖਿਆ ਗਿਆ ਵਾ ਡਾਕਟਰ ਤੇ ਸਟੋਲਜਰ ਤੇ ਐਡਵੋਕੇਟ ਦੀ ਸਦੀ ਦੀ ਸਦਾ ਹੀ ਲੋੜ ਹੈਗੀ ਆ ਠੀਕ ਹੈ ਨਾ ਜੀ ਵਕੀਲ ਦੀ ਵੀ ਲੋੜ ਆ ਕਿਉਂਕਿ ਜੇ ਜਣਗੀ ਇਹਨਾਂ ਨਾਲ ਬਾਤ ਆੜਾ ਰਹਿਣੀ ਰਹਿਣਾ ਸਾਰੀ ਮਾਰ ਇਹ ਤਾਂ ਨਹੀਂ ਕਿ ਅੱਜ ਦੀ ਬਿਮਾਰ ਨਹੀਂ ਹੋ ਇੱਕ ਦਿਨ ਤੇ ਬਿਮਾਰ ਆਪਾ ਹੋਣਾ ਹੀ ਆ ਰਾਜ ਨਹੀਂ ਤੇ ਡਾਕਟਰ ਕੋਲ ਦਵਾਈ ਤੇ ਲੈਣੀ ਲੈਣੀ ਨਾ ਆਪਾ ਜੀ ਤੇ ਮੈਂ ਹੋਈ ਕਹਿ ਰਿਹਾ ਸੀ ਵੀ ਤਰੱਕੀ ਕਿਸੇ ਨੇ ਕਰਨੀ ਹੋਵੇ ਤਾਂ ਤੁਹਾਡੀ ਕਰਨੀ ਪੈਣੀ ਆ ਤੁਹਾਨੂੰ ਰਾਹ ਪਾ ਸਕਦੇ ਆ ਤੁਸੀਂ ਟੀਵਾ ਪੁੱਛਿਆ ਕੋਈ ਡੇਗੁਰੂ ਜੀ ਮੈਨੂੰ ਦੱਸੋ ਡੇਟ ਆਵਰ ਦਿੱਤੀ ਆ ਰਾਜੇ ਤੇਰੀ ਫਲਾਨੀ ਫਲਾਨੀ ਤੇਰੀ ਤੇ ਤਰੱਕੀ ਹੋਣੀ ਆ ਮਤਲਬ ਤੁਰਨਾ ਤੁਹਾਨੂੰ ਹੀ ਪੈਣਾ ਵਾ ਜੇ ਮੈਂ ਕਹਾਂ ਕਿ ਮੈਂ ਕੋਈ ਰੱਬ ਆ ਮੈਂ ਫੂਕ ਮਾਰ ਦਿੱਤੀ ਆ ਜਾਂ ਤੇਰੀ ਹੁਣ ਤਰੱਕੀ ਹੋ ਜੂਗੀ ਇਹ ਤੇ ਮੈਂ ਨਹੀਂ ਬਲੀਵ ਕਰਦਾ ਅੱਛਾ ਅੱਛਾ ਕਾਲੇ ਕੱਪੜਿਆਂ ਦੇ ਉੱਤੇ ਵੀ ਬਹੁਤ ਹੁੰਦਾ ਵੀ ਕੰਮ ਇਹਨੂੰ ਕਈ ਵਾਰੀ ਲੋਕ ਕਹਿੰਦੇ ਵੀ ਸੈਟਰਡੇ ਤੁਸੀਂ ਕਾਲੇ ਕੱਪੜੇ ਨਾ ਪਾਓ ਦੇਖੋ ਕਈਆਂ ਨੂੰ ਛਣੀ ਜਿਹਨਾਂ ਦਾ ਅੱਛਾ ਹੋਵੇ ਉਹਨਾਂ ਨੂੰ ਸੂਟ ਵੀ ਕਰਦੇ ਜਿਹਨਾਂ ਦਾ ਛਣੀ ਮਾੜਾ ਵੀ ਉਹਨਾਂ ਨੂੰ ਨਹੀਂ ਸੂਟ ਕਰਦੇ ਹਾਂਜੀ ਅੱਛਾ ਇਹ ਫਿਰ ਅਗੇਨ ਉਸ ਚੀਜ਼ ਤੋਂ ਪਤਾ ਲੱਗਦਾ ਵੀ ਤੁਹਾਡੀ ਡੇਟ ਆਫ ਬਰਥ ਕੀ ਆ ਤੁਹਾਡਾ ਸਭ ਕੁਝ ਕੀ ਆ ਬਿਲਕੁਲ ਘਰਾਂ ਦੇ ਵਿੱਚ ਲੂਣ ਪਿਆ ਵਾਂ ਵੇਖਿਆ بڑے ਲੋਕਾਂ ਦੇ ਲੂਣ ਰੱਖਦੇ ਆ ਕਈ ਸਿੰਧਾ ਨਮਕ ਜਿਹਨੂੰ ਕਹਿੰਦੇ ਹਾਂਜੀ ਸਿੰਧਾ ਉਹ ਦੇਖੋ ਤੁਹਾਡੀ ਕਰਦੀ ਨੈਗੇਟਿਵਿਟੀ ਸਾਰੀ ਵਾਸਤੂ ਦੀ ਕਵਰ ਕਰਦਾ ਅੱਛਾ ਹਾਂਜੀ ਵੈਸੇ ਅਸੀਂ ਰੈਡ ਕਿਤਾਬ ਦੇ ਨਹੀਂ ਮੈਂ ਵੈਦਿਕ ਸਟੋਲੋਜਰ ਹਾਂ ਜੀ ਠੀਕ ਹੈ ਜੀ ਉਹ ਜ਼ਿਆਦਾ ਲੋਕ ਦੱਸਦੇ ਆ ਪਰ ਜਿਹੜਾ ਬਲੈਕ ਕੋਈ ਵੀ ਨਮਕ ਰੱਖਦੇ ਆ ਜਾਂ ਕਈ ਲੋਕ ਫੜਕੜੀ ਵੀ ਰੱਖਦੇ ਆ ਕੁਝ ਲੋਕ ਮੈਂ ਦੇਖਿਆ ਹਾਂ ਘਰਾਂ ਦੇ ਬਾਹਰ ਕਾਫੀ ਜੀ ਚੀਜ਼ਾਂ ਲਟਕਾਉਂਦੇ ਆ ਕੋਈ ਨਿਗਾਣਾ ਲੱਗੇ ਪਰ ਉਹ ਹੁੰਦੀ ਕਿ ਬਾਹਰਲੀ ਕੁ ਮਾੜੀ ਊਰਜਾ ਨਾ ਅੰਦਰ ਆਵੇ ਕਰਛੇ ਮਤਲਬ ਸਿੰਧ ਨਾਮਗ ਰੱਖਣਾ ਚੰਗੀ ਗੱਲ ਆ ਠੀਕ ਆ ਅੱਛਾ ਭਾਜੀ ਜਿੰਨੂੰ ਬੈਨੀਫਿਟ ਆ ਜੀ ਜਿੰਨੂੰ ਬੈਨੀਫਿਟ ਆ ਅੱਛਾ ਵਾਸਤੂ ਤੁਸੀਂ ਕਹਿੰਦੇ ਸੀ ਵੀ ਵਾਸਤੂ ਦੀ ਜ਼ਰੂਰ ਗੱਲ ਕਰੀਏ ਵਾਸਤੂ ਵਾਸਤੀ ਮੈਂ ਕਹਿਣਾ ਚਾਹੁੰਦਾ ਦੇਖੋ ਕੋਈ ਵੀ ਘਰ ਆ ਮੈਂ ਕਾਫੀ ਲੋਕਾਂ ਦੇ ਘਰ ਜਾਂਦਾ ਵਾਂ ਬੜੇ ਅੱਛੇ ਘਰਾਂ ਦੇ ਕਈਆਂ ਦੇ ਘਰ ਕਾਫੀ ਉਜੜੇ ਹੋਏ ਆ ਕਾਫੀ ਲੋਕੀ ਬਿਮਾਰ ਆ ਉਹ ਕਹਿੰਗੇ ਮੈਂ ਕਹੂੰਗਾ ਅੱਛਾ ਤੁਹਾਡਾ ਟੀਵਾ ਤੇ ਬਹੁਤ ਸੋਹਣਾ ਉਹ ਕਹਿੰਗੇ ਨਹੀਂ ਇਹ ਤਾਂ ਮੰਝੇ ਦੇ ਬਿਮਾਰ ਹੈਗੇ ਆ ਫਿਰ ਮੈਂ ਕਹੂੰਗਾ ਮੈਂ ਤੁਹਾਡਾ ਘਰ ਚੈੱਕ ਕਰਨਾ ਜਦੋਂ ਮੈਂ ਘਰ ਚੈੱਕ ਕਰਨ ਜਾਂਦਾ 99% ਲੋਕਾਂ ਦੇ ਘਰਾਂ ਦੇ ਬਾਥਰੂਮ ਥੱਲੇ ਬਾਥਰੂਮ ਦੇ ਉੱਪਰ ਪੌੜੀ ਹੁੰਦੀ ਹੈ ਜੀ ਕਿਉਂਕਿ ਬੁੱਧ ਚੰਦਰ ਦਾ ਗ੍ਰਹਿ ਹੁੰਦਾ ਠੀਕ ਹੈ ਜਿਨ੍ਹਾਂ ਦੇ ਘਰਾਂ ਦੇ ਪੌੜੀ ਥੱਲੇ ਬਾਥਰੂਮ ਆ ਜੀ ਉਹ 99% ਜਾਂਦੇ ਘਰ ਬਦੂ ਗਣੀ ਜੋ ਘਰ ਚ ਕੋਈ ਬੰਦੇ ਬਿਮਾਰ ਹੀ ਜਾਣਗੇ ਜੀ ਉਹਨਾਂ ਦੇ ਘਰ ਦੀ ਬਰਕਤ ਨਹੀਂ ਹੋਗੀ ਠੀਕ ਹੈ ਜੀ ਈਸਟ ਫੇਸਿੰਗ ਨਾਰਥ ਫੇਸਿੰਗ ਤੁਸੀਂ ਚੜ੍ਹਦੇ ਪਾਸੇ ਚੀਜ਼ ਲਵੋ ਤੁਹਾਨੂੰ ਜਿਹੜੀ ਜ਼ਿਆਦਾ ਬੈਨੀਫਿਟ ਕਰੇ ਕਈਆਂ ਨੂੰ ਸਾਊਥ ਸਾਈਡ ਵੀ ਬੈਸਟ ਬਹੁਤ ਕਰਦੀ ਆ ਠੀਕ ਆ ਜੀ ਜਿਹੜੀ ਕਿ ਆਪਣੀ ਜਿਹੜੀ ਸੌਣ ਵਾਲੀ ਡਾਇਰੈਕਸ਼ਨ ਆ ਤੁਹਾਡਾ ਜਿਹੜਾ ਹੈੱਡ ਵਾ ਉਹ ਤੁਹਾਡਾ ਈਸਟ ਫੇਸਿੰਗ ਹੋਣਾ ਚਾਹੀਦਾ ਅੱਛਾ ਬੈੱਡਰੂਮ ਦੇ ਵਿੱਚ ਗਮਲੇ ਵੀ ਰੱਖਦੇ ਲੋਕ ਨਹੀਂ ਜੀ ਮੈਂ ਨਹੀਂ ਮੈਂ ਮੈਂ ਤਾਂ ਬਾਹਰ ਹੀ ਕਹੂੰਗਾ ਗਮਲੇ ਦੇਖੋ ਰੱਖਣਾ ਕੀ ਆ ਜਦੋਂ ਉੱਥੇ ਗਮਲੇ ਰੱਖੋਗੇ ਤੁਸੀਂ ਉੱਥੇ ਮੱਛਰ ਵੀ ਆਊਗਾ ਉੱਥੇ ਕੀੜਾ ਵੀ ਆਊਗਾ ਕਿਉਂਕਿ ਉਹ ਰਾਹੁ ਨਾਲ ਉਹ ਆਪਣੀ ਸੰਬੰਧਿਤ ਅਟੈਚਮੈਂਟ ਹੋ ਜਾਂਦੀ ਹੈ रिच, या, अच्छा शुक्र कहंदे जेदा चंगा होवे या ਚੰਦਰਮਾ ਸ਼ਾਇਦ ਕਹਿੰਦੇ ਆ ਜਿਹਨੂੰ ਨਹੀਂ ਸ਼ੁਕਰ ਜੇਦਾ ਬਹੁਤ ਚੰਗਾ ਹੋਵੇ ਉਹ ਇੱਕ ਲਕਸੀਸ ਆ ਇੱਕ ਤੁਹਾਨੂੰ ਬੜੀ ਅੱਛੀ ਲਾਈਫ ਦਿੰਦਾ ਰਿਚ ਏਟਨੈਸ ਦਿੰਦਾ ਵਾ ਕਿ ਜਨਨਗੀ ਸ਼ੁਕਰ ਦੇ ਨਾਲ ਤੁਹਾਨੂੰ ਬੜੇ ਸ਼ੌਂਕ ਜਾਗਦੇ ਆ ਯਾਰ ਮੇਰੇ ਕੋ ਆ ਵੀ ਹੋਵੇ ਮੇਰੇ ਕੋ ਆ ਵੀ ਹੋਵੇ ਜਿਹਦੇ ਬਹੁਤ ਅੱਛਾ ਸ਼ੁਕਰ ਹੋਵੇ ਨਾ ਜੀ ਉਹਨੂੰ ਤਾਂ ਪਿੱਛੇ ਘੁੰਮ ਕੇ ਵੀ ਦੇਖਣ ਦੀ ਲੋੜ ਨਹੀਂ ਹੈ। ਅੱਛਾ ਹਾਂ ਸਭ ਕੁਝ ਇਹਦੇ ਕੋ ਹੁੰਦਾ ਉਹਦੇ ਸ਼ੌਂਕ ਵਧਣਗੇ ਯਾਰ ਮੈਂ ਆ ਵੀ ਚੀ ਲਵਾ ਭਾਵੇਂ ਜੇ 100 ਰੁਪਇਆ ਹੋਵੇ ਉਹਨੇ ਚੀਜ਼ ਜੇ ਪਸੰਦ ਆ ਗਈ ਨਾ ਜੀ ਉਹਨੇ ਘਰ ਲੈ ਕੇ ਆਉਣੀ ਹੈ ਤੁਹਾਡਾ ਤੁਹਾਡਾ ਸ਼ੁਕਰ ਚੰਗਾ ਮੇਰਾ ਸ਼ੁਕਰੀਆ ਦਿੱਤਾ ਇਹ ਦਿਖਾਉਣ ਦਾ ਜੀ। ਠੀਕ ਹੈ। ਅ ਕਈ ਲੋਕ ਨਾ ਬਹੁਤ ਇਹ ਦੇਖਿਆ ਵੀ ਰਾਤ ਨੂੰ ਹਮਨ ਕਰਦੇ ਆ। ਮਤਲਬ ਮੈਂ ਕਿਹਾ ਅਸੀਂ ਇਹ ਨਾ ਖਬਰ ਹੀ ਲਈ ਸੀ ਥੋੜੇ ਦਿਨ ਪਹਿਲਾਂ ਵੀ ਉਹ ਟੂਨੇ ਟੋਟ ਕੇ ਆ। ਉਹ ਕੀ ਮੈਂ ਇਹਨਾਂ ਤੇ ਬਲੀਵ ਨਹੀਂ ਕਰਦਾ ਜੀ ਸੱਪਖੰਡ ਹੈ ਜੀ। ਸੱਪਖੰਡ ਹੈ। ਤੇ ਸੱਪਖੰਡ ਹੈ ਜਿਹੜਾ ਟੂਨੇ ਟੋਟ ਕੇ ਕਰਦੇ ਨਾ ਜੀ। ਮੈਂ ਕਈ ਵਾਰ ਦੇਖਿਆ ਸੜਕਾਂ ਦੇ ਉੱਤੇ ਝਾੜੂ ਪਿਆ ਹੁੰਦਾ ਚ ਰਸਤੇ ਤੇ ਸੜਕਾਂ ਦੇ ਉੱਤੇ ਜੀ ਕਾਲੀ ਜੁੱਤੀਆਂ ਰਹੀਆਂ ਹੁੰਦੀਆਂ ਸ਼ਨੀਵਾਰ ਕਿਸੇ ਨੂੰ। ਏ ਆਪਾ ਲੋਕ ਜਿਹੜੇ ਜਿਨ੍ਹਾਂ ਨੂੰ ਨਹੀਂ ਨੌਲੇਜ ਆਣਾ ਜੀ ਜਿਹੜੇ ਛੋਟੇ ਮੋਟੇ ਉੱਠ ਕੇ ਅੱਜ ਨਿਗੇ ਨਿਗੇ ਕੋਈ ਇਧਰ ਰਾਜਸਥਾਨ ਤੋਂ ਕੋਈ ਕਿਤਾ ਸਟਾਰਜਰ ਬਣਿਆ ਵਾ ਮਰ ਇਹ ਉੱਠ ਕੇ ਜੀ ਬਾਬੇ ਬਣ ਕੇ ਇਹ ਲੋਕਾਂ ਦੇ ਗਲਤ ਕੰਮ ਕਰਦੇ ਆ ਜੀ ਭੂਤਪ੍ਰੇਤ ਮੰਨਦੇ ਆ ਮੈਂ ਨਹੀਂ ਇਸ ਚੀਜ਼ ਨੂੰ ਮੰਨਦਾ ਪ੍ਰਭੂ ਨੂੰ ਮੰਨਦਾ ਜੀ ਮੈਂ ਅੱਛਾ ਲੋਕੀ ਕਹਿੰਦੇ ਨੈਗੇਟਿਵ એનਰਜੀਜ਼ ਹੁੰਦੀਆਂ ਹਾਂ ਉਹ ਹੁੰਦੀਆਂ ਵਾ ਜਦੋਂ ਆਪਾਂ ਕਿਸੇ ਮਕਈ ਹੁਣ ਆਪਾਂ ਕਈਆਂ ਨੂੰ ਕਹੀਦਾ ਯਾਰ ਕਿਤੇ ਡੈਥ ਹੋਈ ਆ ਤੁਸੀਂ ਪਰਫਿਊਮ ਲਾ ਕੇ ਨਾ ਇੱਕ ਮੈਂ ਕਿਸੇ ਨੂੰ ਸਵਾਲ ਕੀਤਾ ਮੈਂ ਕਹਿੰਦਾ ਪਰਫਿਊਮ ਨਹੀਂ ਲਾ ਕੇ ਜਾਣਾ ਕਹਿੰਦਾ ਕਿਉਂ ਮੈਂ ਕਹਿੰਦਾ ਆਪਾਂ ਨਾ ਜਵਾਨ ਮੌਤ ਦੇ ਉੱਤੇ ਪਰਫਿਊਮ ਨਹੀਂ ਲਾ ਕੇ ਜਾਂਦਾ ਕਿਉਂਕਿ ਉੱਥੋਂ ਕੀ ਹੁੰਦਾ ਵੀ ਕਈ ਵਾਰ ਜਵਾਨ ਬੱਚਾ ਵਾ ਉੱਥੇ ਪੂਤਪ੍ਰੀਤਾ ਦਾ ਕਾਫੀ ਇਹ ਹੁੰਦਾ ਫੇਰਾ ਮਤਲਬ ਹੁੰਦੇ ਆ ਪੂਤਪ੍ਰੇ ਹਾਂਜੀ ਹੁੰਦੇ ਆ ਪਰ ਦੇਖੋ ਦੇਖਿਆ ਕਿੰਨੇ ਕਿਸੇ ਨੇ ਵੀ ਨਹੀਂ ਬਸ ਇਹ ਡਰ ਹੁੰਦਾ ਮੰਜ ਹਾਇ ਮੈਨੂੰ ਡਰ ਲੱਗਦਾ ਦੇਖਿਆ ਤੇ ਕਿਸੇ ਨੇ ਵੀ ਨਹੀਂ ਪੂਤ ਹੈ ਕਰ ਸਾਈਕੋਲੋਜੀਕਲ ਬਿਮਾਰੀ ਹੋ ਸਕਦੀ ਹੈ ਹਾਂ ਹੋ ਸਕਦੀ ਹੈ ਜੀ ਉਹ ਸਾਈਕੋ ਬ ਉਦੀ ਸੋਚ ਹੋ ਸਕਦੀ ਉਹਦੇ ਮਨ 'ਚ ਡਰ ਪੈਦਾ ਹੋ ਸਕਦਾ ਵੀ ਕਾਫੀ ਜਣੇ ਹੁੰਦੇ ਗੁਰੂ ਜੀ ਮੈਨੂੰ ਚਲਕ ਪੈਂਦੀ ਐ ਦਾ ਕਈ ਵਾਰ ਕਹਿੰਦਾ ਸਾਡੇ ਵੱਡੇ ਵੱਡੇ ਰਣ ਸਾਡੇ ਘਰ 'ਚ ਪੁੱਲ ਹੋਈ ਹੁੰਦੀ ਆ ਆਪਾਂ ਉਹਦਾ ਹਲੜੀ ਕਰਦੇ ਕਈ ਵਾਰ ਕਈਆਂ ਦੇ ਡੈਥ ਹੋਈ ਹੁੰਦੀ ਨਾ ਉਹ ਜੀ ਮੈਂ ਜੀ ਇੱਥੇ ਬਿਜੀ ਸੀ کارਖਾਨਾ ਪੜ ਚੱਲਦਾ ਹੁੰਦਾ ਵਾ ਸੁਖ ਸ਼ਾਂਤੀ ਦੀ ਉਹਨਾਂ ਨੇ ਪੂਜਾ ਕਰਵਾਈ ਹੁੰਦੀ ਆ ਆਪਾਂ ਲੋਕ ਬਹਿਨੇ ਨਹੀਂਓ ਆਪਾਂ ਲੋਕ ਟਾਈਮ ਨਹੀਂ ਦਿੰਨੇ ਕਿਉਂਕਿ ਇਹ ਇੰਨੀ ਦਿਨ ਹੋ ਗਈ ਐ ਜੇ ਤੁਹਾਡੇ ਘਰ ਚ ਟੈਸਟ ਦੀ ਹੋ ਗਈ ਆ ਉਸੇ ਵਿਧੀ ਵਿਧਾਨਾ ਤੁਹਾਨੂੰ ਕਰਨੀ ਚਾਹੀਦੀ ਆ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਅੱਛਾ ਅ ਚੰਗਾ ਚੰਗੇ ਮਤਲਬ ਖੁਸ਼ੀ ਦੇ ਲਈ ਜਾਂ ਘਰਦਵਾਰ ਵਧੀਆ ਰਹਿਣ ਦੇ ਲਈ ਕੀ ਟਿਪਸ ਦੰਨੇ ਜੋ ਤੁਸੀਂ ਦੇਣੇ ਚਾਹੋ ਖੁਸ਼ੀ ਦੇ ਰਹਿਣ ਲਈ ਸਵੇਰੇ ਉੱਠ ਕੇ ਨਿਤ ਆਪਣੇ ਸੂਰਜ ਜਦੋਂ ਸਵੇਰ ਅਰਲੀ ਇਨ ਦਾ ਮਾਰਨਿੰਗ ਤੁਸੀਂ ਸਵੇਰੇ ਤੜਕੇ ਉੱਠੋ ਸਾਢੇ 6 ਸੂਰੇ ਨੇ ਜਲਦੇ ਹੋ ਅੱਛਾ ਅੱਛਾ ਤਿਆਰ ਹੋ ਨਾ ਆਪਣਾ ਅੱਛਾ ਟਾਈਮ ਰੱਖੋ ਖਾਣੇ ਦਾ ਠੀਕ ਹੈ ਜੀ 9 ਵਜੇ ਬ੍ਰੀਕਫਾਸਟ ਕਰੋ 12 ਕਵਿਨਾ ਤੁਸੀਂ ਲੰਚ ਕਰੋ ਯਾਨੀ ਕਿ ਸ਼ਾਮ ਸੂਰੇ ਅਸਤ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਖਾਣਾ ਖਾ ਲੈਣਾ ਚਾਹੀਦਾ ਜੀ ਅੱਛਾ ਮੇਰੇ ਕੋ ਤੇ ਹੁਣ ਲੱਗਦਾ ਕੋਈ ਸਵਾਲ ਨਹੀਂ ਬਚਿਆ ਪਰ ਜੇ ਤੁਸੀਂ ਕੁਝ ਦੱਸਣਾ ਚਾਹੁੰਦੇ ਕਿਉਂਕਿ ਮੈਨੂੰ ਲੱਗਦਾ ਆਪਾਂ ਇਹ ਦੱਸ ਰੋ ਅਸੀਂ ਇੱਕ ਮੰਦਰ ਵੀ ਇੱਥੇ ਤਿਆਰ ਕਰ ਰਹੇ ਹਾਂ ਜੀ ਜੰਦਰ ਮੈਂ ਵੀਰਕਾ ਮਿਲਪੁਰਾਂ ਚ ਮੰਦਰ ਇਸ ਹਿਸਾਬ ਨਾਲ ਤਿਆਰ ਕਰ ਰਹੇ ਹਾਂ ਜੀ ਕਿਉਂਕਿ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਸਾਡਾ ਕੋਈ ਲਾਲਚ ਨਹੀਂ ਅਸੀਂ ਕੋਈ ਧੰਦੇ ਵਸਤੀ ਮੰਦਰ ਖੋਲਣਾ ਸਿਰਫ ਅਸੀਂ ਗਰੀਬ ਕੰਨੀਆਂ ਦੀ ਸ਼ਾਦੀ ਗਰੀਬ ਬੱਚਿਆਂ ਲਈ ਖਾਣਾ ਨੇੜੀ ਬੱਚਿਆਂ ਨੂੰ ਡੇਲੀ ਦੇਣਾ ਜੀ अच्छा चलो भी बढ़िया ਗੱਲ ਆ ਸ਼ੁਰੂ ਸ਼ੁਰੂ ਤੇ ਮੇਰੇ ਲੱਗਦਾ ਸਭ ਕਹਿੰਦੇ ਜਾਂ ਪੱਕਾ ਨਹੀਂ ਨਹੀਂ ਸ਼ੁਰੂ ਉਹ ਕਹਿੰਦੇ ਹੋਣਗੇ ਅਸੀਂ ਪਰਸਨਲ ਜਗਾ ਲਿੱਤੀ ਹੈ ਜੀ ਕੋਈ ਕਿਸੇ ਸੰਗਤ ਕੋਲੋਂ ਨਹੀਂ ਲਿੱਤੀ ਅਸੀਂ ਪਰਸਨਲ ਆਪਣੀ ਪਰਚੇਸ ਕੀਤੀ ਹੈ ਜੀ ਬੇਸ਼ੱਕ ਉੱਥੇ ਜਿਹੜਾ ਮਰਜ਼ੀ ਆ ਕੇ ਅਸੀਂ ਚੇਅਰਮੈਨ ਵੀ ਚੁਣਿਆ ਆਪਣਾ ਪ੍ਰੈਜ਼ੀਡੈਂਟ ਵੀ ਚੁਣਿਆ ਜੀ ਇੱਥੇ ਠੀਕ ਹੈ ਜੀ ਅੱਖੀਂ ਆ ਕੇ ਦੇਖੇ ਅਸੀਂ ਅੱਜ ਤੱਕ ਕੋਈ ਸਾਨੂੰ ਜਿੱਦਨ ਕੋਈ ਗਲਤ ਕਹਿ ਦੂਗਾ ਜੀ ਅਸੀਂ ਉਦੋਂ ਹੀ ਮੰਦਰ ਸਟਾਪ ਕਰ ਦਵਾਂਗੇ ਧਰਮ ਬਹੁਤ ਸੋਹਣੀ ਚੀਜ਼ ਹੁੰਦੀ ਹੈ ਨਾ ਧਰਮ ਤੁਹਾਨੂੰ ਇੱਕ ਡਿਸਪਲਨ ਚ ਸਿਖਾਉਂਦਾ ਹੈ ਨਾ ਤੁਹਾਨੂੰ ਲੱਗਦਾ ਵੀ ਹੁਣ ਮਾਡਰਨ ਸੋਸਾਇਟੀ ਧਰਮ ਨੂੰ ਵੱਖਰੇ ਤਰੀਕੇ ਨਾਲ ਵਰਤਣ ਲੱਗੀ ਇਹ ਸੋਚ ਹੈ ਜੀ ਆਪਣੀ ਆਪਣੀ ਸੋਚ ਆ ਕਿਸੇ ਕੋ ਟਾਈਮ ਹੀ ਨਹੀਂ ਆ ਆਪਾਂ ਇੱਕ ਵਾਰੀ ਤਾਂ ਔਖੇ ਵੇਲੇ ਜਦੋਂ ਫਸਦੇ ਆ ਜਾਂ ਕਿਸੇ ਨੇ ਕੋਈ ਆਪਾਂ ਨੂੰ ਕੋਈ ਅਟੈਕ ਕਰਤਾ ਕੋਈ ਗੱਲ ਕਰਤੀ ਇਕਵਲ ਦੇਖਣਾ ਅੱਛਾ ਪਰਮਾਤਮਾ ਹੁਣ ਤੁਹਾਨੂੰ ਬਚਾਲਾ ਉਦੋਂ ਫੇ ਕਿਉਂ ਕਹਿੰਦੇ ਆ ਇੰਨੀ ਦੇ ਤਾਂ ਰੱਬ ਯਾਦ ਨਹੀਂ ਆ ਆਈਦੜੇ ਸਿਰਤੇ ਪੈ ਗਈ ਆ ਤੇ ਤੁਹਾਨੂੰ ਰੱਬ ਯਾਦ ਆ ਗਿਆ ਉਹ ਦੇਖੋ ਮੈਂ ਇੱਕ ਬੜੀ ਅੱਛੀ ਸਭ ਨੂੰ ਕਹਿੰਨਾ ਜਿੰਨੇ ਮਰਜੀ ਪਾਠ ਪੂਜਾ ਕਰ ਲੋ ਜੀ ਜਿੰਨੇ ਮਰਜੀ ਰੱਬ ਦੀਆਂ ਜੋਤਾਂ ਜਗਾ ਲੋ ਜੀ ਅਗਰ ਤੁਹਾਡਾ ਮਾਨ ਨਹੀਂ ਨਾ ਸਾਹਿਬ ਜੀ ਇਹਦਾ ਕੋਈ ਫਾਇਦਾ ਨਹੀਂ ਜੀ ਜਿੱਥੇ ਮਰਜੀ ਦਾ ਆਪਾਂ ਕਹਾਂ ਜੀ ਅੱਜ 10 ਲੱਖ ਦਾ ਲੰਗਰ ਆਇਆ ਜੀ ਘਰ ਪਰੈਂਟਸ ਬਿਮਾਰ ਪਿਆ ਵਾ ਉਹ ਲੰਗਰ ਨਹੀਂ ਲੱਗਦਾ ਜੀ ਜਿੰਦੀ ਮਾਂ ਨੂੰ ਪੁੱਛਦੇ ਨਹੀਂ ਹੋ ਆਪਾਂ ਦੂਜੇ ਪਾਸੇ ਉੱਥੇ ਮੇਰੇ ਨਾਮ ਜੀ ਬੌਸ ਵੀਰਾਂ ਨਾਲ ਗੱਲਾਂ ਕਰਦੇ ਹਾਂ ਤੁਸੀਂ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਮੈਨੂੰ ਉਮੀਦ ਹੈ ਜਿਹੜੇ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਫਾਇਦਾ ਹੋਏਗਾ ਔਰ ਐਸਟ੍ਰੋਲੋਜੀ ਜੋ ਸਾਇੰਸ ਦੇ ਬੰਗਲੋ ਚੱਲੋ ਨਾ ਕੋਈ ਵੀ ਕੰਮ ਕਰੋ ਆਪਣਾ ਟੀਵਾ ਦਿਖਾ ਕੇ ਕਰੋ ਕੋਈ ਵੀ ਸਟੋਨ ਪਾਓ ਆਪਣਾ ਟੀਵਾ ਦਿਖਾ ਕੇ ਸਟੋਨ ਪਾਓ ਕਈ ਲੋਕ ਕਾਫੀ ਇੱਕ ਮੇਰੇ ਕੋਲ ਲੇਟਸ ਇੱਕ ਡਾਕਟਰ ਆਏ ਮੇਰੇ ਕੋਲ ਇੱਥੇ ਜਲੰਧਰ ਦੇ ਕਹਿੰਦੇ ਜੀ ਮੈਂ ਕਹਿੰਦਾ ਜੀ ਤੁਹਾਡੇ ਤੁਸੀਂ ਇਹ ਸਟੋਨ ਕਿੱਥੋਂ ਪਾਇਆ ਕਹਿੰਦੇ ਕਿਸੇ ਸਟੋਲੋਜਰ ਨੇ ਪਾਇਆ ਮੈਂ ਕਹਿੰਦਾ ਜੀ ਇਹ ਸਟੋਨ ਪਾਇਆ ਹੈ ਤੁਹਾਡੇ ਘਰ ਟ੍ਰੈਜੀ ਜਿੱਦਾਂ ਲਾ ਦੂੰਗੇ ਮੈਨੂੰ ਦੱਸਿਓ ਉਹਨਾਂ ਨੇ 20 ਦਿਨ ਲਾਇਆ ਅੱਜ ਮੇਰੇ ਕੋ ਆਏ ਦੁਬਾਰਾ ਕਹਿੰਦੇ ਮੇਰੇ ਅੱਛੀ ਨੈਗੇਟਿਵ ਨੈਗੇਟਿਵ ਨੈਗੇਟਿਵਿਟੀ ਜਿਹੜੀ ਨਿਕਲ ਗਈ ਆ ਮੇਰੇ ਕੋ ਇੰਪੋਸੀਬਿਲਿਟੀ ਪੋਜ਼ਿਟਿਵਿਟੀ ਨਰਸੀਆ ਠੀਕ ਹੈ ਜੀ ਬੁਰੀ ਨੈਗੇਟਿਵਿਟੀ ਸਾਰੀ ਨਿਕਲ ਗਈ ਆ ਤੇ ਪੋਜ਼ਿਟਿਵਿਟੀ ਆ ਗਈ ਅੱਛਾ ਕਿਹੜਾ ਐਕਸਟੋਨਾ ਜਾਂਦਿਆਂ ਦੇ ਪੁੱਛ ਲੈਣਾ ਕਿਹੜਾ ਐਕਸਟੋਨਾ ਸਾਰੇ ਪਾ ਸਕਦੇ ਆ ਮੈਂ ਸਾਰੇ ਨਹੀਂ ਪਾ ਸਕਦੇ ਜੀ ਸਭ ਨੂੰ ਟੀਵੀ ਦੇ ਮੁਤਾਬਕ ਹੀ ਪਾਉਣਾ ਪੈਣਾ ਆਪਾ ਆਪਣੀ ਮਰਜ਼ੀ ਨਾਲ ਪਾ ਹੀ ਨਹੀਂ ਸਕਦੇ ਮੈਂ ਕਹਾਂ ਮੈਂ ਹਾਂਜੀ ਆ ਵੀ ਤੁਸੀਂ ਮੈਂ ਹੁਣ ਇੰਟਰਵਿਊ ਚੱਲਦੀ ਵੀ ਤੇ ਮੈਂ ਕਹਾਂ ਆ ਤੁਸੀਂ ਪਾ ਲਓ ਤੁਹਾਡੇ ਦਿਨ ਫਿਰ ਜਾਣਗੇ ਮੇਰੀ ਕੋਈ ਬੱਲੇ ਬੰਦੇ ਹੋਵੇ ਨਾ ਹਮੇਸ਼ਾ ਤੁਹਾਡੇ ਜਿਹੜੇ ਜਟੋ ਪਰਸ ਟਾਈਮ ਆ ਉਹਦੇ ਮੁਤਾਬਕ ਹੀ ਪਹਿਣਾ ਵਾ ਜੀ ਠੀਕ ਹੈ ਜੀ ਬਹੁਤ ਲੱਕੀ ਹੁੰਦੇ ਕਈ ਲੋਕਾਂ ਨੇ ਪੁਖਰਾਜ ਪਾਇਆ ਵਾ ਜਾਂ ਪੰਨਾ ਪਾਇਆ ਡਾਇਮੰਡ ਵਾਲੇ ਬੱਚੇ ਬੱਚੇ ਹੀ ਬੜੇ ਉੱਚੇ ਤਰੱਕੀਆਂ ਤੇ ਜਾਂਦੇ ਆ ਪੁਖਰਾਜ ਵੀ ਬਹੁਤ ਕਰਮਾਂ ਵਾਲਿਆਂ ਦੇ ਪੈਂਦਾ ਨੀਲਮ ਵੀ ਬਹੁਤ ਕਰਮਾਂ ਵਾਲਿਆਂ ਦੇ ਸਟੋਨ ਪੈਂਦਾ ਵਾ ਜੀ ਹੁਣ ਜਦੋਂ ਤੁਹਾਡਾ ਸ਼ਣੀ ਆ ਕਿ ਜੇ ਤੁਸੀਂ ਨੀਲਮ ਦੇ ਮਾਲਕ ਹੋ ਤੇ ਜਿਦਾਂ ਨੇ ਕੋਈ ਟਰਾਈ ਕਰਕੇ ਦੇਖੋ ਤੁਹਾਨੂੰ ਆਪ ਹੀ ਪਤਾ ਲੱਗੇ ਤੁਹਾਨੂੰ ਨੀਲਮ ਕੀ ਕਹਿੰਦਾ ਤੇ ਅੱਛਾ ਤੁਸੀਂ ਪਤਾ ਕਰ ਲਿਆ ਹਣਾ ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਗੱਲਬਾਤ ਕਰਨ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ